ਸਾਲੀ ਮੈਨੂੰ ਵੀ ਸਮਝ ਨਹੀਂ ਆਉਂਦੀ, ਦਾਅਵੇਦਾਰ ਕੋਈ ਹੋਰ ਆ, ਹੱਕਦਾਰ ਕੋਈ ਹੋਰ ਆ। ਕੀ ਨਹੀਂ ਕੀਤਾ ਮੈਂ ਇਹਦੇ ਲਈ, ਕੀ ਕਰ ਰਹੀ ਆ ਮੇਰੇ ਨੂੰ? ਚੱਲ ਕੋਈ ਨਹੀਂ, ਹੌਸਲਾ ਰੱਖ, ਉਹਦੀ ਵੀ ਆਪਣੀ ਲਾਈਫ ਆ। ਮੇਰੀ ਕੋਈ ਲਾਈਫ ਨਹੀਂ ਸਰ, ਮੈਂ ਉਹਦਾ ਕੁਝ ਨਹੀਂ ਲੱਗਦਾ। ਬਿਜ਼ਨਸ ਸਲਾਹ ਦੇਣੀ ਮਾੜੀ ਹੁੰਦੀ ਹੈ, ਤੈਨੂੰ ਕੀ ਸਲਾਹ ਦਿਓ? ਮੈਂ ਘਰ ਜਾ ਅਤੇ ਬੀਪ ਰਾਗ ਦੇ ਗੀਤ ਸੁਣ, ਤੈਨੂੰ ਸਕੂਨ ਮਿਲੂਗਾ। ਸਰ ਤੁਸੀਂ ਮਜ਼ਾਕ ਕਰ ਰਹੇ ਹੋ, ਇੱਥੇ ਮੇਰੀ ਜ਼ਿੰਦਗੀ ਖਰਾਬ ਕਰੀ ਜਾਂਦੀ ਆ ਉਹ। ਚੱਲ ਸੋਰੀ ਆ, ਸੋਰੀ, ਇਮੋਸ਼ਨਲ ਨਾ ਹੋ, ਪਰ ਫਿਰ ਵੀ ਕਹਿੰਦੇ ਗੀਤ ਸੁਣੀ ਜ਼ਰੂਰ, ਠੀਕ ਹੈ? ਅੱਗੇ ਦੇਖ। ਚੱਲ ਇੱਕ ਤੋਂ ਬਾਅਦ ਇੱਕ ਮੁੰਡੇ ਨੂੰ ਮਿਲ ਰਹੇ ਆ ਨਾ, ਮੈਨੂੰ ਨਹੀਂ ਲੱਗਦਾ ਹੁਣ ਤਾਂ ਪਿੱਛਾ ਕਰਕੇ ਐਵੇਂ ਪਤਾ ਲੱਗਣਾ ਕੁਛ। ਮੈਨੂੰ ਤਾਂ ਲੱਗਦਾ ਹੁਣ ਤੁਹਾਨੂੰ ਮਿਲਣਾ ਹੀ ਪੈਣਾ। ਚਲੋ ਫਿਰ ਮਿਲਦੇ ਹਾਂ ਕਾਜਲ ਤੋਂ। ਇਨਵੈਸਟੀਗੇਸ਼ਨ ਡੇ 3, ਸਵੇਰੇ 9 ਵਜੇ, ਲੋਕੇਸ਼ਨ ਕਾਜਲ ਦਾ ਘਰ। ਸਾਡਾ ਸੀਕ੍ਰੈਟ ਏਜੰਟ ਸ਼ਵੇਤਾ ਬੈਂਕ ਕਰਮਚਾਰੀ ਬਣ ਕੇ ਕਾਜਲ ਦੇ ਘਰ ਜਾਂਦੀ ਹੈ। ਸ਼ਵੇਤਾ ਨੇ ਆਪਣੀ ਸ਼ਰਟ 'ਤੇ ਕੈਮਰਾ ਲਗਾਇਆ ਹੋਇਆ। ਹਾਂਜੀ, ਗੁੱਡ ਮਾਰਨਿੰਗ ਮੈਮ। ਮਾਰਨਿੰਗ ਮੈਮ, ਮੈਂ ਬੈਂਕ ਤੋਂ ਆਈ ਹਾਂ, ਤੁਹਾਡੇ ਨਾਲ ਨਿਊ ਅਕਾਊਂਟ ਦੀ ਓਪਨਿੰਗ ਨੂੰ ਚੱਲ ਰਹੀ ਸੀ। ਮੈਂ ਬਹੁਤ ਜਲਦੀ ਜਾ, ਮੈਂ ਤੁਹਾਨੂੰ ਫਿਰ ਕਿਸੇ ਦਿਨ ਮਿਲਾਂ, ਪਲੀਜ਼। ਮੈਮ ਸਰ ਨਾ ਬਹੁਤ ਵਧੀਆ ਪਲਾਨ ਆਏ ਨੇ, ਤੁਹਾਨੂੰ ਬਹੁਤ ਬੈਨੀਫਿਟ ਹੋਣਗੇ। ਅੱਛਾ ਮੈਮ, ਜਿਸ ਤੁਸੀਂ ਸਾਡੇ ਬੈਂਕ ਵਿੱਚ ਇੱਕ ਅਕਾਊਂਟ ਓਪਨ ਕਰਵਾਉਂਦੇ ਨਾ, ਤਾਂ ਤੁਹਾਨੂੰ 10,000 ਦੇ ਸ਼ੋਪਿੰਗ ਉੱਪਰ ਫੇਮ ਮਿਲਣਗੇ, ਅਤੇ ਉਹਦੇ ਨਾਲ ਨਾ ਜਿਹੜੇ ਤੁਹਾਡੇ ਅਕਾਊਂਟ 'ਚ ਪੈਸੇ ਹੋਣਗੇ ਉਹਦੇ ਨਾਲ ਤੁਹਾਨੂੰ ਬਾਕੀ ਬੈਂਕ ਨਾਲੋਂ ਜ਼ਿਆਦਾ ਇੰਟਰਸਟ ਮਿਲੇਗਾ। ਯਾਰ ਤੁਹਾਡਾ ਪਲਾਨ ਵਧੀਆ, ਬਟ ਅੱਜ ਮੈਂ ਸੱਚੀ ਬਹੁਤ ਜਲਦੀ ਜਾ, ਮੈਂ ਤੁਹਾਨੂੰ ਨਾ ਫਿਰ ਕਿਸੇ ਦਿਨ ਮਿਲਦੀ ਹਾਂ, ਤੁਸੀਂ ਮੇਰਾ ਨੰਬਰ ਨੋਟ ਕਰ ਲਓ, ਫਿਰ ਮੈਂ ਮਿਲਦੀ ਹਾਂ। ਕਰ ਲਓ। ਆਈ ਮੰਮਾ। ਚਲੋ ਜੀ, ਕਾਜਲ ਮੈਡਮ ਤਾਂ ਹੁਣ ਸਾਡੀ ਗੱਲਾਂ 'ਚ ਆ ਚੁੱਕੀ ਹੈ, ਹੁਣ ਉਹਦਾ ਖਾਤਾ ਨਹੀਂ ਉਹਦੀ ਕੁੰਡਲੀ ਖੋਲਣੀ। ਇਨਵੈਸਟੀਗੇਸ਼ਨ ਦਾ 4th ਦਿਨ, ਲੋਕੇਸ਼ਨ ਸ਼ਵੇਤਾ ਦਾ ਘਰ। ਜਦ ਉਹ ਕਾਜਲ ਨੂੰ ਫੋਨ ਕਰਕੇ ਉਸ ਤੋਂ ਉਸਦੀ ਪਰਸਨਲ ਡਿਟੇਲ ਲੈਂਦੀ ਹੈ। ਹੈਲੋ ਮੈਮ। ਹੈਲੋ ਹੈਲੋ, ਹਾਏ ਮੈਮ। ਹੈਲੋ, ਹਾਂਜੀ, ਕੌਣ? ਮੈਂ ਸ਼ਵੇਤਾ ਗੱਲ ਕਰ ਰਹੀ ਹਾਂ ਬੈਂਕ ਤੋਂ। ਓਕੇ, ਹਾਂਜੀ ਹਾਂਜੀ। ਅੱਛਾ ਮੈਮ, ਮੈਂ ਤੁਹਾਨੂੰ ਗੱਲ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਆਪਣੇ ਬੈਂਕ ਅਕਾਊਂਟ ਲਈ ਨੋਮੀਨੀ ਕਿਹਨੂੰ ਰੱਖਣਾ ਚਾਹੁੰਦੇ ਹੋ? ਨੋਮੀਨੀ ਤੁਸੀਂ ਮਨੀ ਸਹਿਗਲ ਦੇ ਨਾਮ ਤੋਂ ਕਰ ਦਿਓ। ਠੀਕ ਹੈ ਮੈਮ, ਸੋਰੀ, ਰਵੀ ਸਹਿਗਲ? ਨਹੀਂ ਰਵੀ ਨਹੀਂ, ਮਨੀ ਸਹਿਗਲ। ਓਕੇ ਓਕੇ ਮੈਮ, ਠੀਕ ਹੈ। ਪਤੰਦਰਾਣਾ ਚੌਥਾ ਕਹਾਉਣਾ, ਤੂੰ ਐਵੇਂ ਵਿੱਚ ਲਾੜਾ ਬਣਿਆ ਫਿਰਦਾ, ਇਹਦਾ ਵਿਆਹ ਇਹਦੇ ਨਾਲ ਕਰਾਉਣ ਫਿਰਦੀ ਆ? ਮੇਰਾ ਤਾਂ ਦਿਲ ਕਰਦਾ ਮੈਂ ਸਿਰ ਭੰਨ ਲਾ ਆਪਦਾ। ਆਪਾਂ ਇੱਕ ਕੰਮ ਕਰਦੇ ਆ, ਕਾਜਲ ਨੂੰ ਇੱਥੇ ਬੁਲਾ ਲੈਂਦੇ ਹਾਂ। ਉਹ ਨਾ ਸਰ, ਮਿੰਨਤ ਵਾਲੀ ਗੱਲ ਦਾ ਦੇਖੋ, ਜੇ ਤੁਸੀਂ ਉਹਨੂੰ ਇੱਥੇ ਬੁਲਾ ਲਿਆ, ਉਹਨੂੰ ਮੇਰਾ ਪਤਾ ਲੱਗ ਜਾਣਾ ਮੈਂ ਸਟਿੰਗ ਕਰਾਇਆ ਉੱਥੇ, ਮੈਨੂੰ ਛੱਡ ਕੇ ਚੱਲ ਜੂ, ਮੈਂ ਕੀ ਕਰੂੰਗਾ ਉਹਨੂੰ ਇੱਥੇ ਨਾ ਬੁਲਾਇਆ ਵੀ? ਉਹ ਪਹਿਲਾਂ ਕਿਹੜਾ ਤੇਰੀ ਹੈ, ਪਹਿਲਾਂ ਵੀ ਤਾਂ ਹੋਰ ਪਾਸੇ ਤੁਰੀ ਫਿਰਦੀ ਆ। ਮੈਂ ਉਹਨੂੰ ਆਪੇ ਸਮਝਾ ਲੂੰਗਾ, ਤੁਸੀਂ ਬਸ ਉਹਨੂੰ ਇੱਥੇ ਨਾ ਬੁਲਾਇਓ। ਉਹ ਨਹੀਂ ਨਹੀਂ, ਬੁਲਾਓ ਬਈ ਕਾਜਲ ਨੂੰ। ਮੈਂ ਚੱਲਦਾ ਫਿਰ ਸਰ। ਕਿੱਧਰ? ਉਹਨੂੰ ਇੱਥੇ ਨਾ ਬੁਲਾਓ, ਮੰਨੇ ਕਰੂ। ਤੈਨੂੰ ਮੈਂ ਕਹਾਣੀ ਸੁਣਾਉਂਦਾ। ਇੱਕ ਨਾ ਜੰਗਲ 'ਚ ਇੱਕ ਬਾਂਦਰ ਸੀ, ਉਹਨੂੰ ਕੋਈ ਬਾਂਦਰੀ ਨਾਲ ਪਿਆਰ ਹੋ ਗਿਆ। ਬਾਂਦਰੀ ਕਹਾਂ ਕਿਸੇ ਹੋਰ ਨਾਲ ਸੈੱਟ ਸੀ, ਕਿਸੇ ਹੋਰ ਤੀਜੇ ਬਾਂਦਰ ਨਾਲ। ਉਹਨੇ ਸੋਚਿਆ ਵੀ ਮੈਂ ਬਾਂਦਰੀ ਨੂੰ ਪਾਉਣ ਲਈ ਕੁਛ ਵੀ ਕਰ ਸਕਦਾ। ਉਹਨੇ ਮਾਣੀ ਮਨ ਸੋਚ ਲਿਆ ਕਿ ਮੈਂ ਬਾਂਦਰ ਮਾਰ ਦੂੰ, ਠੀਕ ਹੈ। ਉਹਨੇ ਕੀ ਸਕੀਮ ਬਣਾਈ, ਖਾਸੇ ਸਾਰੇ ਕੀਲੇ ਇਕੱਠੇ ਕੀਤੇ ਅਤੇ ਕਹਿੰਦਾ ਮੈਂ ਇਹਨੂੰ ਕਿਤੇ ਉੱਚੇ ਪਹਾੜ 'ਤੇ ਰੱਖਿਆਂਗਾ, ਅਤੇ ਜਦੋਂ ਉਹ ਬਾਂਦਰ ਨੂੰ ਖਾਣ ਜਾਊਗਾ ਅਤੇ ਉਹ ਉੱਥੋਂ ਡਿੱਗ ਕੇ ਮਰ ਜੂਗਾ। ਹੁਣ ਉਹ ਕੇਲੇ ਰੱਖਣ ਜਾਂਦਾ ਜਾਂਦਾ ਉਹਦਾ ਪੈਰ ਤਲਕ ਗਿਆ, ਪਹਾੜ ਤੋਂ ਆਪ ਹੀ ਡਿੱਗ ਪਿਆ, ਠੀਕ ਹੈ। ਇਹਨੂੰ ਪਿਆਰ ਨਹੀਂ ਕਹਿੰਦੇ, ਇਹਨੂੰ ਸਨਕ ਕਹਿੰਦੇ, ਸਮਝਦੇ ਗੱਲ? ਪਰ ਇਹਦਾ ਸਾਡੀ ਲਵ ਸਟੋਰੀ ਨਾਲ ਕੀ ਲਿੰਕ ਆ ਸਰ? ਬਣੂਗਾ,
ਅਪਣਾਵਾਂਗੇ, ਦੱਸਦਾ ਤੈਨੂੰ ਬਾਅਦ 'ਚ। ਆ ਜਾਓ ਕਾਜਲ ਜੀ। ਕਾਜਲ ਜੀ, ਸਾਡੇ ਸ਼ੋਅ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਹਨਾਂ ਨੂੰ ਮਿਲੋ, ਇਹਨੇ ਤੁਹਾਡੇ ਬੁਆਏਫ੍ਰੈਂਡ। ਸਰ, ਇਹ ਮੇਰਾ ਬੁਆਏਫ੍ਰੈਂਡ? ਇਹਨੇ ਸ਼ਕਲ ਨਹੀਂ ਦੇਖੀ ਆਪਦੀ, ਗੱਟੂ ਜਿਹਾ ਨਾ ਹੋਵੇ ਤਾਂ ਇਹ ਕਿੱਥੋਂ ਮੇਰਾ ਬੁਆਏਫ੍ਰੈਂਡ ਹੋ ਜੂਗਾ? ਬਾਂਦਰ ਵਾਲੀ ਖਾਣੇ ਦਾ ਲਿੰਕ ਪਏਦਾ ਜੀ ਨਾ, ਉਹਦੇ 'ਚ ਬਾਂਦਰ ਤੂੰ ਆ, ਤੂੰ ਸਾਨੂੰ ਸਮਝਦਾ ਹੋਵੇ ਪਰ ਗਾਲ ਨਾ ਕੱਢੋ। ਗਾਲ ਦੀ ਗੱਲ ਕਰਦਾ, ਸ਼ੁਕਰ ਕਰ ਮੈਂ ਤੇਰੇ ਚਪੇੜਾ ਨਹੀਂ ਛੱਡੀਆਂ, ਨਹੀਂ ਕਰਤੂਤ ਤੂੰ ਕੀਤੀ ਆ। ਦੇਖੀ ਆਪਣੀ ਹਰਕਤ, ਦਿਖਾਈਏ ਤੁਹਾਨੂੰ। ਮੈਂ ਚੱਲਦਾ ਸਰ। ਕਿੱਥੇ ਜਾਂਦਾ ਹੈ? ਦੇਖ ਕੇ ਤਾਂ ਜਾ, ਏਡੀ ਛੇਤਰੀ ਛੱਡ ਦੇ ਤੈਨੂੰ। ਆ ਚੱਲ ਆਓ ਜੀ। ਜਦੋਂ ਮੈਂ ਉਸ ਦਿਨ ਕਾਜਲ ਦੇ ਘਰ ਦੇ ਬਾਹਰ ਖੜੀ ਸੀ ਤਾਂ ਸਾਹਮਣੋਂ ਦੀ ਰਵੀ ਵੀ ਲੰਘਿਆ, ਪਰ ਰਵੀ ਨੂੰ ਦੇਖ ਕੇ ਕਾਜਲ ਦਾ ਕੋਈ ਵੀ ਰਿਐਕਸ਼ਨ ਨਹੀਂ ਸੀ, ਜਿਹਨੇ ਮੇਰੇ ਮਨ 'ਚ ਡਾਊਟ ਪੈਦਾ ਕੀਤਾ ਕਿ ਇਹਨਾਂ ਦਾ ਆਪਸ 'ਚ ਕੋਈ ਲਿੰਕ ਹੈ ਵੀ ਜਾਂ ਨਹੀਂ। ਫਿਰ ਉਸ ਤੋਂ ਵੀ ਜ਼ਿਆਦਾ ਡਾਊਟ ਮੈਨੂੰ ਉਦੋਂ ਪੈਦਾ ਹੋਇਆ ਜਦ ਕਾਜਲ ਨੇ ਆਪਣੇ ਬੈਂਕ ਅਕਾਊਂਟ ਦੇ ਨੋਮੀਨ ਦੇ ਲਈ ਰਵੀ ਨਹੀਂ ਬਲਕਿ ਮਨੀ ਸਹਿਗਲ ਦਾ ਨਾਮ ਲਿੱਤਾ। ਅਤੇ ਮੈਮ, ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਪੁੱਛ ਸਕਦੀ ਹਾਂ ਕਿ ਇਹਨਾਂ ਨਾਲ ਤੁਹਾਡਾ ਕੀ ਰਿਲੇਸ਼ਨ ਹੈ? ਐਕਚੁਅਲੀ ਮੈਂ ਜਸਟ ਬੈਂਕ ਦੀ ਫਾਰਮੈਲਿਟੀਜ਼ ਪੂਰੀ ਕਰਨੀਆਂ ਨੇ। ਮਨੀ ਸਾਈਕਲ ਕੌਣ ਆ? ਪਤਾ ਨਹੀਂ, ਚਲੋ ਦੇਖਦੇ ਹਾਂ ਕੀ ਬਣਦਾ ਅੱਗੇ। ਤੇ ਉਸ ਤੋਂ ਬਾਅਦ ਅਸੀਂ ਰਵੀ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਰਵੀ ਦੇ ਡਾਊਟ ਹੁੰਦੇ ਹੀ ਸਾਡੇ ਕਰੂ ਮੈਂਬਰਸ ਨੇ ਰਵੀ ਦੇ ਘਰ ਦੇ ਬਾਹਰ ਕੁਝ ਇਸ ਤਰ੍ਹਾਂ ਫੀਲਡਿੰਗ ਲਗਾ ਦਿੱਤੀ। ਸਵੇਰ ਦੇ 10 ਵਜੇ ਅਸੀਂ ਵੇਟ ਕਰ ਰਹੇ ਸੀ ਕਿ ਕਦੋਂ ਰਵੀ ਘਰ ਦੇ ਬਾਹਰ ਆਏਗਾ। ਆਖਿਰ ਉਹ ਘਰ ਦੇ ਬਾਹਰ ਆਇਆ, ਮਾਰਕੀਟ ਵੱਲ ਨਿਕਲ ਗਿਆ। ਸਾਡੀ ਕੈਮਰਾ ਟੀਮ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਰਵੀ ਆਪਣੇ ਘਰੋਂ ਨਿਕਲਿਆ ਤੇ ਮੈਂ ਤੇ ਮੇਰੀ ਟੀਮ ਨੇ ਦਾ ਪਿੱਛਾ ਕੀਤਾ ਤੇ ਰਵੀ ਬਾਜ਼ਾਰ ਚੋਂ ਹੁੰਦਾ ਹੋਇਆ ਇੱਕ ਕੱਪੜੇ ਵਾਲੀ ਸ਼ਾਪ ਤੇ ਜਾ ਵੜਿਆ।
ਅਤੇ ਅਸੀਂ ਕਾਫੀ ਟਾਈਮ ਵੇਟ ਕੀਤੀ ਪਰ ਉੱਥੋਂ ਗਿਆ ਹੀ ਨਹੀਂ। ਅਤੇ ਉਹਦੇ ਅੰਦਰ ਬਾਹਰ ਜਾਣ ਦੇ ਤਰੀਕੇ ਤੋਂ ਮੈਨੂੰ ਸ਼ੱਕ ਜਿਹਾ ਹੋਇਆ ਕਿ ਕਿਤੇ ਉੱਥੇ ਜੋਬ ਤਾਂ ਨਹੀਂ ਕਰਦਾ। ਫਿਰ ਮੈਂ ਆਸ ਪਾਸ ਦੀ ਦੁਕਾਨਾਂ ਤੋਂ ਪਤਾ ਕੀਤਾ ਕਿ ਉਹ ਕੌਣ ਹੈ, ਉਹ ਕਿੱਥੇ ਕੰਮ ਕਰਦਾ, ਕੀ ਕਰਦਾ ਕਿ ਨਹੀਂ। ਪਤਾ ਲੱਗਿਆ ਕਿ ਰਵੀ ਨੇ ਸਾਨੂੰ ਝੂਠ ਕਿਹਾ ਸੀ। ਉਹ ਕਿਸੇ ਮੋਬਾਈਲ ਸ਼ੋਪ 'ਤੇ ਨਹੀਂ ਕੰਮ ਕਰਦਾ, ਉਹਦੀ ਕੋਈ ਆਪਣੀ ਮੋਬਾਈਲ ਸ਼ੋਪ ਨਹੀਂ ਆ, ਉਹ ਉਸ ਕੱਪੜਿਆਂ ਵਾਲੀ ਦੁਕਾਨ 'ਤੇ ਐਜ਼ ਅ ਸੇਲਜ਼ਮੈਨ ਕੰਮ ਕਰਦਾ ਸੀ। ਤੂੰ ਤਾਂ ਕੱਪੜੇ ਧੋਣ 'ਤੇ ਰੱਖਿਆ ਇਹਨਾਂ ਨੇ, ਕੀ ਕਹਿੰਦਾ ਇਹ ਤੂੰ ਕਹਿ ਦੀ ਦੁਕਾਨ ਤੇਰੀ? ਉਹ ਤਾਂ ਜੀ ਮੈਂ ਰੈਪੂਟੇਸ਼ਨ ਬਣਾਉਣ ਵਾਸਤੇ ਕਿਹਾ। ਤੇ ਬਣ ਗਈ ਨਾ ਤੇਰੀ ਰੈਪੂਟੇਸ਼ਨ, ਆਹ ਤੇਰੀ ਫਿਲਮ ਦੇਖ ਮਾਰਕੀਟ 'ਚ ਆਈ ਨਾ। ਰਵੀ ਦੀ ਪੂਰੀ ਦਿਨ ਚਰਿਆ ਜਾਣਨ ਲਈ ਅਸੀਂ ਆਪਣੀ ਕੈਮਰਾ ਟੀਮ ਨੂੰ ਰਵੀ ਦੀ ਸ਼ੌਪ ਦੇ ਆਸ ਪਾਸ ਫੈਲਾ ਦਿੱਤਾ। ਕਿਸੇ ਦਾ ਦਿਲ ਜਿੱਤਣ ਲਈ ਉਹਨੂੰ ਸਮਝਣਾ ਪੈਂਦਾ, ਉਹਦੀ ਫੀਲਿੰਗ ਨੂੰ ਸਮਝਣਾ ਪੈਂਦਾ। ਪਿਆਰ ਕੋਈ ਕਬਜ਼ਾ ਨਹੀਂ ਹੈ ਕਿ ਉਹਨੂੰ ਹਾਸਲ ਹੀ ਕਰਨਾ, ਪਿਆਰ ਤਾਂ ਇੱਕ ਅਹਿਸਾਸ ਹੈ ਜੋ ਮਹਿਸੂਸ ਕਰ। ਮੈਨੂੰ ਵੀ ਪਾਈ ਮਿੱਠਾ ਤੇ ਨਹੀਂ ਰੱਖੀ, ਤੂੰ ਮਿੱਠਾ ਤਾਂ ਵੱਧ ਪਾ ਦਾਂਗੇ, ਹੋਰ ਸੁਣਾ ਤੇਰੀ ਮਿੱਠੀ ਦਾ ਕੀ ਹਾਲ ਹੈ? ਮਿੱਠੀ ਸਮਝਦਾ ਸ਼ਿਫਟ ਸੈੱਟ ਹੋਊਗੀ। ਕੀ ਬਾਤ ਹੈ ਸਰ, ਤੇਰਾ ਕੌਨਫੀਡੈਂਸ ਤਾਂ ਬਹੁਤ ਆ। ਮੈਂ ਚੌਕਦਾ ਸੀ ਫੜਨ 'ਤੇ ਬੈਠਾ ਤਾਂ ਨਹੀਂ ਉੱਠਦੇ। ਅਸੀਂ ਕੋਈ ਕੁੜੀ 'ਚ ਮੱਛੀ ਨਵੀਂ ਕਿ ਨਹੀਂ ਦੇਖੀ, ਚੱਲ ਬਣਦਾ ਕੀ ਆ, ਲਿਆਊਂਗਾ ਇੱਥੇ ਚਾਹ ਪਿਲਾਉਣਾ। ਤੂੰ ਦੱਸ ਕੰਮ ਕਰ ਕਿੱਦਾਂ? ਕੰਮ ਕਰ ਆਪਣਾ ਵਧੀਆ ਭਰਾ, ਕਿਰ ਭਾਈ ਤੇਰਾ ਸਹੀ ਹੈ ਭਰਾਵਾ, ਇੱਕੋ ਸਾਡਾ ਮਾਲਕ ਆ, ਸਾਰੀ ਦਿਹਾੜੀ ਨਹੀਂ ਕਰੀ ਰੱਖਦਾ। ਉਹ ਇੱਥੇ ਤਾਂ ਇੱਦਾਂ ਹੀ, ਅਸੀਂ ਆਪੇ ਮਾਲਕ ਆਪੇ ਹੀ ਚੇਲੇ, ਸਹੀ ਹੈ ਵਧੀਆ ਚਲੀ ਜਾਂਦਾ। ਚੱਲ ਚੰਗਾ, ਮੈਂ ਮਿਲਦਾ ਤੈਨੂੰ ਸ਼ਾਮੀ, ਕਰਦਾ ਇਹਦੇ ਪੈਸੇ, ਠੀਕ ਹੈ ਭਰਾ? ਤੂੰ ਫਿਰ 22 ਸਟਾਰ ਹੋਟਲ ਆ ਵੀ ਇੱਥੇ ਚਾਹ ਪਿਆਣ ਲੈ ਕੇ ਜਾਏਗਾ ਗਰਲਫ੍ਰੈਂਡ, ਹੈ ਕੁਛ ਸਤਸੰਗ ਕਰਿਆ ਕਰੋ, ਕਹਿ ਜੀਆਂ ਹਰਕਤਾਂ ਕਰਦੇ ਤੁਸੀਂ। 5 ਸਟਾਰ ਹੋਟਲ ਹੈ, ਤੂੰ ਮੈਨੂੰ ਚਾਹ ਪਿਆਉਣੀ ਸੀ, ਤੈਨੂੰ ਕੋਈ ਨਾ ਪੁੱਛੇ। ਤੂੰ ਇੰਨਾ ਮਨੀ ਨੂੰ ਪਤਾ ਲੱਗ ਗਿਆ ਨਾ, ਉਹਨੇ ਤੇਰੀ ਇੱਕ ਕਰ ਦੇਣੀ ਹੈ, ਨਾਲੇ ਤੂੰ ਫਿਰ ਬਸ 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 ਸਰ, ਇਹਨੇ ਮੇਰਾ ਪਿੱਛਾ ਕਰ ਕਰਕੇ ਮੈਨੂੰ ਇਰੀਟੇਟ ਕਰਤਾ, ਦਿਮਾਗ ਖਰਾਬ ਕੀਤਾ ਹੋਇਆ ਮੇਰਾ। ਦੂਜੀ ਵੀ ਮੈਨੂੰ ਫੜਾ ਦੇ ਮਾਰਨਾ, ਮੈਂ ਤੈਨੂੰ ਸੱਚੇ ਦਿਲ ਨੂੰ ਪਿਆਰ ਕੀਤਾ ਸੀਗਾ। ਉਹ ਮੂੰਹ ਬੰਦ ਕਰ ਦੇ, ਮੈਂ ਤੇਰਾ ਮੂੰਹ ਤੋੜ ਦੇਣਾ, ਸਮਝ ਆ ਰਹੀ ਹੈ ਤੈਨੂੰ? ਤੂੰ ਕੁੱਟ ਨਾ ਖਾਣੀ ਹੋਏ ਤੇ ਤੋਂ, ਤੇ ਇਹ ਕਿਹੜਾ ਦੁੱਧ ਹੀ ਧੋਤੀ ਆ, ਆਪਣੇ ਆਪ ਨੂੰ ਸਤੀ ਸਵਿਤਰੀ ਬਣਦੀ ਹੈ, ਕਦੇ ਕਿਸੇ ਨਾਲ ਕਦੇ ਕਿਸੇ ਨਾਲ। ਉਹ ਹੈਲੋ ਤੇਰੀ, ਮੈਂ ਤੈਨੂੰ ਇੱਕ ਗੱਲ ਦੱਸਾਂ, ਕੁੜੀਆਂ ਨੂੰ ਕੀ ਸਮਝ ਰੱਖਿਆ ਤੁਸੀਂ? ਮੈਂ ਜਿੰਨੂੰ ਮਰਜ਼ੀ ਮਿਲਾਂ, ਮੇਰੀ ਜ਼ਿੰਦਗੀ ਹੈ, ਤੂੰ ਕੌਣ ਹੁੰਦਾ? ਮੈਨੂੰ ਬਸ ਤੇਰੀ ਪਰਵਾਹ ਸੀ। ਮੇਰਾ ਪਰਵਾਹ ਕਾਹਦੀ ਪਰਵਾਹ ਤੈਨੂੰ? ਤੁਹਾਨੂੰ ਬਲੈਕਮੇਲ ਕਰਨ ਨੂੰ ਫਿਰਦਾ ਨੂੰ? ਸਰ ਮੈਂ ਕੋਈ ਬਲੈਕਮੇਲ ਨਹੀਂ ਕੀਤਾ, ਮੈਨੂੰ ਬਸ ਮੈਂ ਇੰਨਾ ਗੱਲ ਕਰਨਾ ਚਾਹੁੰਦਾ ਸੀ, ਮੈਨੂੰ ਬਹੁਤ ਟਾਈਮ ਤੋਂ, ਮੈਨੂੰ ਸੱਚੇ ਦਿਲੋਂ ਪਿਆਰ ਕੀਤਾ ਸੀ ਸਰ। ਹੁਣ ਮਨੀ ਨੂੰ ਬੁਲਾਵਾਂਗੇ ਨਾ ਇੱਥੇ, ਤੇਰਾ ਮੂੰਹ ਤੋੜੇਗਾ ਆ ਕੇ, ਸਮਝ ਆ ਰਹੀ ਹੈ ਤੈਨੂੰ? ਜੇ ਸੱਚੇ ਦਿਲੋਂ ਪਿਆਰ ਕੀਤਾ ਸੀ ਉਹਨੇ, 3-4 ਵਾਰੀ ਮਨਾ ਕਰਦਾ, ਇਹਦਾ ਮਤਲਬ ਉਹ ਨਹੀਂ ਵੀ ਤੈਨੂੰ ਉਹ ਪਿਆਰ ਕਰੇ।